ਸਮੁੱਚੀ ਮਨੁੱਖਤਾ ਦੇ ਬਰਾਬਰ ਹੋਣ ਦਾ ਸੰਦੇਸ਼ ਦੇਣ ਲਈ, ਸੁਨੇਹਾ ਦੇਣ ਲਈ 14 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 6 ਵਜੇ ਫਗਵਾੜੇ ਵਿੱਚ ਭਾਈ ਕਨ੍ਹੱਈਆ ਜੀ ਸੇਵਾ ਸਿਮਰਨ ਕੇਂਦਰ ਦੇ ਬਿਲਕੁਲ ਸਾਹਮਣੇ ਗਰਾਊਂਡ ਤੋਂ ਐਤਵਾਰ ਸਵੇਰੇ 6 ਵਜੇ ਇੱਕ ਮੈਰਾਥਨ ਕਰਾਈ ਜਾ ਰਹੀ ਹੈ, ਰਨ ਫੋਰ ਹਿਊਮੈਨਿਟੀ, ਇੱਕ ਦੌੜ ਮਨੁੱਖਤਾ ਦੇ ਨਾਲ। ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਧਰਮਾਂ, ਜਾਤਾਂ, ਰੰਗ, ਨਸਲ, ਲਿੰਗ ਦੇ ਸਾਰਿਆਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਇੱਕ ਸਾਂਝਾ ਸੁਨੇਹਾ ਆਪਣੇ ਸਭ ਤੋਂ ਪਹਿਲਾਂ ਮਨੁੱਖ ਹੋਣ ਦਾ ਅਤੇ ਮਨੁੱਖਤਾਵਾਦੀ ਵਿਚਾਰਧਾਰਾ ਨੂੰ ਅਪਣਾਉਣ ਦਾ ਇੱਕ ਸੁਨੇਹਾ ਸਾਂਝੇ ਰੂਪ ਦੇ ਵਿੱਚ ਦਈਏ। ਔਰ ਸਾਰੇ ਸ਼ਹਿਰ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਸਾਰੇ ਪਰਿਵਾਰਾਂ ਸਮੇਤ, ਕਿਉਂਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜੇ ਮਨੁੱਖਤਾਵਾਦੀ ਬਣਾਉਣਾ ਚਾਹੁੰਦੇ ਹਾਂ ਔਰ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਾਰੇ ਹੀ ਅਲੱਗ ਅਲੱਗ ਰੰਗ, ਨਸਲ, ਧਰਮ, ਜਾਤ ਦੇ ਹੁੰਦਿਆਂ ਹੋਇਆਂ ਵੀ ਇੱਕ ਪਿਤਾ ਦੇ ਬੱਚੇ ਹਾਂ ਔਰ ਏਕਸ ਕੇ ਬਾਰਕ ਹਾਂ, ਤਾਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਇਸ ਮੈਰਾਥਨ ਦੇ ਵਿੱਚ ਸ਼ਾਮਲ ਹੋ ਕੇ। ਇੱਕ ਬੜਾ ਸੁਨਹਿਰੀ ਮੌਕਾ ਹੈ ਜਦੋਂ ਅਸੀਂ ਇੱਕ ਸਾਂਝਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਇਸ ਪਲੇਟਫਾਰਮ ਤੋਂ ਦੇ ਸਕਦੇ ਹਾਂ। ਸੋ ਐਤਵਾਰ ਸਵੇਰੇ 6 ਵਜੇ, ਠੀਕ 6 ਵਜੇ ਭਾਈ ਕਨ੍ਹੱਈਆ ਜੀ ਸਕੂਲ ਦੇ ਸਾਹਮਣੇ ਗਰਾਊਂਡ ਤੋਂ ਮੈਰਾਥਨ ਸ਼ੁਰੂ ਹੋਏਗੀ ਔਰ ਸਾਰੇ ਪਾਰਟੀਸਪੈਂਟਸ ਜਿੰਨੇ ਵੀ ਇੱਥੇ ਭਾਗ ਲੈਣਗੇ ਸਾਰਿਆਂ ਨੂੰ ਫ੍ਰੀ ਮੈਡਲ ਅਤੇ ਸਰਟੀਫਿਕੇਟ ਦਿੱਤਾ ਜਾਏਗਾ ਔਰ ਸਭ ਤੋਂ ਪਹਿਲਾਂ ਆਉਣ ਵਾਲੇ ਜਿਹੜੇ 500 ਪਾਰਟੀਸਪੈਂਟਸ ਨੇ ਉਹਨਾਂ ਨੂੰ ਫ੍ਰੀ ਟੀ-ਸ਼ਰਟ ਵੀ ਦਿੱਤੀ ਜਾਏਗੀ। ਵਿਸ਼ੇਸ਼ ਤੌਰ 'ਤੇ ਸਾਰੇ ਧਰਮਾਂ ਦੇ ਨੁਮਾਇੰਦੇ ਇਸ ਮੌਕੇ 'ਤੇ ਸੰਬੋਧਨ ਕਰਨਗੇ ਅਤੇ ਨਾਲ ਹੀ ਪੰਜਾਬੀ ਗਾਇਕ ਅਤੇ ਐਕਟਰ ਤਰਸੇਮ ਜੱਸੜ ਅਤੇ ਬੀਰ ਸਿੰਘ, ਇਹ ਦੋਵੇਂ ਗਾਇਕ ਵੀ ਇਸ ਮੈਰਾਥਨ ਦੇ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਦੇਣ ਲਈ ਆ ਰਹੇ ਨੇ। ਆਓ ਆਪਾਂ ਸਾਰੇ ਇਸ ਮੈਰਾਥਨ 'ਚ ਸ਼ਾਮਲ ਹੋ ਕੇ ਸਾਨੂੰ ਧੰਨਵਾਦ ਦੇ ਪਾਤਰ ਬਣਾਓ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਸਾਰੇ ਅਜ਼ੀਜ਼ਾਂ ਮਿੱਤਰਾਂ ਨੂੰ, ਆਪਣੇ ਫੈਨਸ ਨੂੰ, ਫੋਲੋਅਰਸ ਨੂੰ ਬੇਨਤੀ ਕਰਦਾ ਕਿ 14 ਤਰੀਕ ਨੂੰ ਫਗਵਾੜੇ ਸ਼ਹਿਰ ਵਿੱਚ ਹੁੰਮਾ ਕੇ ਪਹੁੰਚੋ। ਭਾਈ ਕਨ੍ਹੱਈਆ ਜੀ ਦੀ ਸ਼ਤਾਬਦੀ ਇੱਕ ਬਹੁਤ ਹੀ ਵਿਲੱਖਣ ਢੰਗ ਨਾਲ ਮਨਾਈ ਜਾ ਰਹੀ ਹੈ। ਇੱਕ ਮੈਰਾਥਨ ਕਰਵਾਇਆ ਜਾ ਰਿਹਾ ਔਰ ਸਾਰੇ ਹੁੰਮਾ ਕੇ ਉਸ ਮੈਰਾਥਨ ਵਿੱਚ ਹਿੱਸਾ ਲਓ। ਰਨ ਫੋਰ ਹਿਊਮੈਨਿਟੀ ਦੇ ਨਾਮ 'ਤੇ ਇਹ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ। ਸੋ ਮੈਂ ਵੀ ਪਹੁੰਚ ਰਿਹਾ। ਸੋ ਸਵੇਰੇ 6 ਵਜੇ ਫਗਵਾੜੇ ਸ਼ਹਿਰ ਦੇ ਵਿੱਚ ਮਿਲਦੇ ਹਾਂ ਜੀ।